ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਦੇ ਵਿੱਚ ਫਾਇਰਿੰਗ ਹੋਈ ਹੈ। ਜੀ ਹਾਂ, ਮਾਂ ਪੁੱਤ ਤੇ ਫਾਇਰਿੰਗ ਕੀਤੀ ਗਈ ਹੈ। ਅਣਪਛਾਤੇ ਬਦਮਾਸ਼ਾਂ ਨੇ ਕਾਰ ਤੇ ਹਮਲਾ ਕੀਤਾ। ਜੀ ਹਾਂ, 2 ਦਰਜਨ ਤੋਂ ਕਰੀਬ ਬਦਮਾਸ਼ਾਂ ਨੇ ਹਮਲਾ ਜਿਹੜਾ ਕੀਤਾ, ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਦੀ ਇਹ ਘਟਨਾ ਜਿੱਥੇ ਫਾਇਰਿੰਗ ਜਿਹੜੀ ਹੈ ਕੀਤੀ ਗਈ ਹੈ ਅਣਪਛਾਤੇ ਹਮਲਾਵਰਾਂ ਦੇ ਵੱਲੋਂ। ਮਾਂ ਪੁੱਤ ਤੇ ਫਾਇਰਿੰਗ ਕੀਤੀ ਗਈ ਹੈ। ਇਸ ਕਾਰ ਦੇ ਵਿੱਚ ਮਾਂ ਪੁੱਤ ਮੌਜੂਦ ਸੀ ਜਿਨ੍ਹਾਂ ਤੇ ਫਾਇਰਿੰਗ ਜਿਹੜੀ ਹੈ ਕੀਤੀ ਗਈ ਹੈ। ਤਾਂ ਦੱਸ ਦਈਏ ਕਿ 2 ਦਰਜਨ ਦੇ ਕਰੀਬ ਇਹ ਬਦਮਾਸ਼ ਸੀ ਜਿਨ੍ਹਾਂ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਦੇ ਵਿੱਚ। ਸ਼ਰੇਆਮ ਫਾਇਰਿੰਗ ਇੱਥੇ ਹੋਈ ਹੈ ਤੇ ਹਾਲਾਂਕਿ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚ ਗਈ ਹੈ, ਜਾਂਚ ਪੁਲਿਸ ਵੱਲੋਂ ਆਰੰਭੀ ਗਈ ਹੈ। ਇਸ ਤੋਂ ਬਾਅਦ ਹੀ ਪੁਲਿਸ ਦਾ ਕੋਈ ਬਿਆਨ ਆਵੇਗਾ ਤਾਂ ਸਾਹਮਣੇ ਹੋ ਪਾਵੇਗਾ ਕਿ ਆਖਿਰਕਾਰ ਕਿਉਂ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ। ਤਾਂ ਦੱਸ ਦਈਏ ਕਿ ਮਾਂ ਪੁੱਤ ਤੇ ਫਾਇਰਿੰਗ ਜਿਹੜੀ ਹੈ ਕੀਤੀ ਗਈ ਹੈ, ਗੋਲੀਆਂ ਤਾਬੜ ਤੋੜ ਗੋਲੀਆਂ ਇੱਥੇ ਚਲਾਈਆਂ ਗਈਆਂ ਨੇ। ਮੇਰੇ ਮੁੰਡੇ ਦੇ ਮਗਰ ਆ 15-20 ਜਣੇ 1 ਸਾਲ ਤੋਂ ਮਗਰ ਲੱਗੇ ਹੋਏ ਮਾਰਨ ਨੂੰ। ਹੈਂ, ਉਹਨੂੰ ਮਤਲਬ ਕਿੱਦਾਂ ਨਾ ਕਿੱਦਾਂ ਨੂੰ ਮਾਰ ਦਈਏ। ਅੱਜ ਉਹਨਾਂ ਦੇ ਡਿੱਕੇ ਚੜਿਆ, ਪਰ ਇਹ ਵੀ ਮਾਲਕ ਦਾ ਸ਼ੁਕਰ ਹੈ ਵੀ ਮੇਰਾ ਮੁੰਡਾ ਬਚ ਗਿਆ। ਦੁਸ਼ਮਣੀ ਮੁੰਡਿਆਂ ਦੀ, ਇੱਕ ਵਾਰੀ ਅੱਜ ਤੋਂ 2 ਸਾਲ ਪਹਿਲੇ ਲੜਾਈ ਹੋਈ ਸੀਗੀ ਮੋਹਣੀ ਗਾਗੜ ਨਾਲ। ਉਹ ਮੋਹਣੀ ਗਾਗੜ, ਉਹਦੇ ਨਾਲ ਲੜਾਈ ਹੋਣ, ਉਹਨੇ ਉਹਨੂੰ ਕੁੱਟਿਆ ਸੀਗਾ ਜੂਏ ਤੋਂ। ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਦੀ ਵੱਧਦੀ, ਉੱਧਰੋਂ ਮੁੰਡੇ ਉੱਧਰੋਂ ਮੁੰਡੇ ਇੱਕ ਦੂਜੇ ਨੂੰ ਘੂਰਨਾ, ਇੱਦਾਂ ਕਰਨਾ। ਬਸ ਅਸੀਂ ਇਹੀ ਕਹਿੰਦੇ ਸੀ ਵੀ ਨਾ ਲੜੋ, ਜਿਹੜਾ ਹੋਣਾ ਸੀ ਹੋ ਗਿਆ, ਜਿਹੜਾ ਹੋਣਾ ਸੀ। ਸਾਨੂੰ ਕੁਛ ਪਤਾ ਨਹੀਂ, ਤਾਂ ਘਰ ਬੈਠੇ ਪੁੱਤ ਰੋਟੀ ਖਾਂਦੇ ਪਏ। ਸਾਨੂੰ ਫੋਨ ਕੋਈ ਨਹੀਂ ਆਇਆ, ਮੁੰਡਾ ਇੱਥੋਂ ਭੱਜਿਆ ਗਿਆ ਵੀ ਮੁਗਲ ਦੀ ਗੱਡੀ ਦੇ ਗੋਲੀਆਂ ਚੱਲੀ। ਆਹ ਸਾਡਾ ਘਰ ਵਾ, ਆਹ ਸ਼ਿਵ ਜੀ ਦੇ ਮੰਦਿਰ ਕੋਲ ਨੇੜੇ ਹੀ ਘਰ, ਤਾਂ ਹੀ ਵਾਕਫ ਸੀ ਉਹ ਭੱਜ ਕੇ। ਇਨਫੋਰਮੇਸ਼ਨ ਆਈ ਸੀਗੀ ਕਿਸੇ ਗੱਡੀ ਦੇ ਉੱਤੇ ਅਟੈਕ ਹੋਇਆ, ਸੋ ਮੌਕੇ 'ਤੇ ਆਏ ਹਾਂ। ਉੱਥੇ ਜਿਹੜੀ ਗੱਡੀ ਹੈ ਉਹਦੇ ਸ਼ੀਸ਼ੇ ਵਗੈਰਾ ਭੰਨੇ ਹੋਏ ਨੇ, ਸੋ ਵੀ ਆਰ ਇਨਵੈਸਟੀਗੇਟਿੰਗ ਦਾ ਮੈਟਰ। ਕੋਈ ਉਹਦੇ ਵਿੱਚ ਹਜੇ ਤੱਕ ਸਾਨੂੰ ਕੋਈ ਕੰਪਲੇਂਟ ਜਾਂ ਕੋਈ ਬੰਦਾ ਜਿਹੜਾ ਉਹਦੇ ਵਿੱਚ ਮੌਜੂਦ ਸੀਗਾ ਮੌਕੇ 'ਤੇ, ਉਹਦੀ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਸੋ ਵੀ ਆਰ ਇਨਵੈਸਟੀਗੇਟਿੰਗ ਦਾ ਮੈਟਰ, ਜੋ ਬਣਦਾ ਹੈਗਾ ਅਸੀਂ ਦੇਖ। ਜਿੰਨੀ ਦੇਰ ਤੱਕ ਬ੍ਰਦਰ ਮੈਂ ਆਪ ਵੈਰੀਫਾਈ ਨਹੀਂ ਕਰਦਾ, ਮੈਂ ਆਪ ਦੇਖ ਨਹੀਂ ਲੈਂਦਾ ਮੌਕੇ ਦਾ, ਵਿਜ਼ਿਟ ਨਹੀਂ ਕਰ ਲੈਂਦਾ ਜਦੋਂ ਮੌਕਾ ਪ੍ਰੋਪਰ ਸਕਰੀਨਿੰਗ ਨਹੀਂ ਹੁੰਦੀ ਫਾਈਨਲ ਕੋਈ ਚੈੱਕ ਕਰਾਂਗੇ ਅਸੀਂ। ਜਾਨ ਜਿਹੜੇ ਹੈਗੇ ਨੇ ਉਹ ਆਈ ਡੋਂਟ ਥਿੰਕ ਉਹ ਬੁਲਟ ਦੇ ਐਟ ਦ ਮੂਮੈਂਟ, ਬਟ ਰੈਸਟ ਇਜ ਅਪ ਟੂ ਦੈਟ ਕਿ ਅਸੀਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਆਉਂਦਾ ਹੈਗਾ, ਸੋ ਜਸਟ ਥੋੜ੍ਹਾ ਟਾਈਮ ਦਿਓ, ਵਿਲ ਇਨਫੋਰਮ ਯੂ ਫੋਰ ਰਿਗਾਰਡਿੰਗ ਦੈਟ।